ਕਈ ਸੱਜਣਾਂ ਦੇ ਫੋਨ ਆਈ ਜਾਂਦੇ ਆ, ਮਸਲਾ ਕੀ ਆ ਬਾਈ? ਮਸਲਾ ਦੱਸ ਰਿਹਾ, ਮਸਲਾ ਹਲੇ ਮੈਨੂੰ ਵੀ ਨੀ ਸਾਫ਼ ਪਤਾ, ਪਰ ਹਲੇ ਵੀ ਇਹਨਾਂ ਨੇ ਮੇਰੇ ਘਰ ਦੇ ਆਲੇ ਦੁਆਲੇ ਖੜੀਆਂ ਗੱਡੀਆਂ ਲਾਈ ਖੜੇ ਆ। ਅਸੀਂ ਤਾਂ ਲੁਧਿਆਣੇ ਆਏ ਸੀ ਬੁੱਢੇ ਦਰਿਆ ਵਾਲੇ ਮਸਲੇ 'ਚ, ਅੱਜ ਐਲੀ ਜਾਂ ਹੋਰ ਪਿੰਡਾਂ ਜਾ ਕੇ ਮੈਂ ਇਹਦੇ ਆਉਣ ਸਾਰ ਇੱਥੇ ਇਹਨਾਂ ਨੇ ਆ ਕੇ, ਹਲੇ ਮੈਂ ਖੜੇ ਹੀ ਹਾਂ ਘਰੇ, ਗੱਡੀਆਂ ਲਾਈਆਂ 5-6 ਕੇ ਬਾਅਦ ਡੀ ਐਸ ਪੀ ਫੂਲ ਕਹਿੰਦਾ ਮੈਂ ਤੁਹਾਨੂੰ ਮਿਲਣ ਆਇਆ। ਚਲੋ ਪੁੱਛ ਗਿੱਛ ਕਰਕੇ ਮੈਂ ਬਾਹਰ ਵੀ ਖੋਲਤਾ, ਇੱਕ ਵਾਰੀ ਬਾਹਲੀ ਗੱਲਬਾਤ ਨਹੀਂ ਕਰੀ, ਵਾਪਸ ਚਲੇ ਗਏ ਆ। ਵਾਪਸ ਜਾ ਕੇ ਫਿਰ ਵਾਪਸ ਆ ਗਿਆ, ਹੁਣ ਦੁਬਾਰਾ ਆਲੇ ਦੁਆਲੇ ਸਾਰੇ ਘਰ ਦੇ ਖੜ ਗਏ ਆ। ਮੇਰੀ ਬਾਈ ਨੇ ਤੋਜਦਾ ਮੈਨੂੰ ਫੋਨ ਆਇਆ, ਉਹ ਕਹਿੰਦਾ ਵੀ ਜਿਹੜਾ ਮੁੰਡਾ ਕੁੰਬੜਾਂ ਪਿੰਡ ਦੇ ਵਿੱਚ, ਜਿਹੜੇ ਮੁੰਡੇ ਦੀ ਉਸ ਦਿਨ ਇੱਕ ਦੀ ਮੌਤ ਹੋ ਗਈ ਸੀਗੀ, ਜਿਸ ਦਿਨ ਉਹ ਦੋ ਮੁੰਡੇ ਮਾਰੇ ਆ, ਜਿਹੜੇ ਦੂਜੇ ਮੁੰਡੇ ਦੇ ਅੱਖ ਦੇ ਵਿੱਚ ਸ਼ਰਾਬ ਮਾਰਿਆ ਸੀ, ਉਹਦੀ ਕਹਿੰਦੇ ਅੱਜ ਮੌਤ ਹੋਈ ਆ। ਤੇ ਅੱਜ ਉੱਥੋਂ ਫਿਰ ਮੈਂ ਇਹਨੂੰ ਇੰਨੀ ਗੱਲ ਤੋਂ ਬਾਅਦ ਜਦੋਂ ਪਤਾ ਲੱਗਿਆ ਤੇ ਮੈਂ ਫੋਨ ਵੀ ਕੀਤਾ ਉੱਥੇ ਮੁੰਡਾ ਨੂੰ, ਕਹਿੰਦੇ ਬਾਈ ਇੱਥੇ ਸਾਰੇ ਕੁੰਬੜਾਂ ਪਿੰਡ ਨੂੰ ਘੇਰਾ ਪਾਇਆ ਹੋਇਆ ਪੁਲਿਸ ਦਾ, ਸਾਰੇ ਪਿੰਡ ਨੂੰ ਘੱਟੋ ਘੱਟ 1000-1200 ਬੰਦਾ ਆਲੇ ਦੁਆਲੇ ਪੁਲਿਸ ਘੇਰੀ ਖੜੀ ਹੈ ਕੁੰਬੜਾਂ ਪਿੰਡ ਦਾ, ਜਾਣੇ ਮਾਰਨਾ ਵੀ ਆ ਤੇ ਸਾਹ ਵੀ ਨੁੱਚਾ ਲੈਣ ਦਾ। ਦੋ ਮੁੰਡੇ ਮਰੇ ਨੇ, ਦੋ ਬੱਚੇ ਮਰੇ ਨੇ 16-16, 17-17 ਸਾਲ ਦੀ ਉਮਰ ਦੇ। ਵੀ ਜੇ ਅਸੀਂ ਇਸ ਗੱਲ ਨੂੰ ਲੈ ਕੇ ਬੋਲਦੇ ਹਾਂ, ਸਾਡੇ ਜਵਾਕ ਮਾਰੇ ਜਾ ਰਹੇ ਆ ਪੰਜਾਬ ਦੇ, ਤਾਂ ਇਹ ਕਹਿੰਦੇ ਪ੍ਰਸ਼ਾਸਨ ਨਾਲ ਖੜਦਾ, ਸਰਕਾਰ ਨਾਲ ਖੜਦੀ ਆ। ਹੈਰਾਨੀਜਨਕ ਗੱਲ ਦੇਖੋ, ਮੈਨੂੰ ਚੇਤੇ ਵੀ ਨਹੀਂ ਗੱਲ ਦੀ, ਪਤਾ ਵੀ ਨਹੀਂ ਯਾਰ ਵੀ ਉਹ ਮੁੰਡਾ ਮਰ ਚੁੱਕਿਆ, ਮੈਨੂੰ ਇੱਥੋਂ ਉਦੋਂ ਬਾਅਦ ਪਤਾ ਲੱਗਦਾ ਆਉਣ ਤੋਂ। ਇਹ ਪੁਲਿਸ ਮੇਰੇ ਪਹਿਲਾਂ ਘਰੇ ਖੜੀ ਹੁੰਦੀ ਹੈ। ਹੁਣ ਇਹ ਪੰਜਾਬੀ ਕੋਲ ਤੁਸੀਂ ਸੋਚਣਾ ਵੀ ਜੇ ਤਾਂ ਤੁਸੀਂ ਐਂ ਚੁੱਪ ਕਰਕੇ ਘਰਾਂ 'ਚ ਬੈਠੇ ਰਹਿਣਾ ਤਾਂ ਫਿਰ ਮਰਵਾਈ ਜਾਓ ਜਵਾਕ। ਅਸੀਂ 3 ਦਸੰਬਰ ਨੂੰ ਜਿਹੜਾ ਬੰਨ ਮਾਰਨ ਜਾ ਰਹੇ ਹਾਂ, ਬੁੱਢੇ ਉਹ ਉਦੋਂ ਪਹਿਲਾਂ ਵੀ ਆਹੀ ਕੁਛ ਕਰਨਗੇ, ਸ਼ਾਇਦ ਐਂ ਨਹੀਂ ਪਤਾ ਉਦੋਂ ਪਹਿਲਾਂ ਹੀ ਕੋਈ ਗ੍ਰਿਫਤਾਰੀ ਕਰਕੇ ਕੇਸ 'ਚ ਪਾ ਦੇਣ ਜਾਂ ਉਹਦੇ ਨਿਕਲ ਨਹੀਂ ਨਾ ਦੇਣ ਜਾਂ ਕਿਸੇ ਪਾਸੇ ਫੜ ਲੈਣ। ਅੱਜ ਵੀ ਭਾਈ ਸਾਨੂੰ ਲੱਗਦਾ ਵੀ ਜਿਹੜਾ ਗ੍ਰਿਫਤਾਰੀ ਹੋ ਸਕਦੀ ਵੀ ਇਸ ਜਿਹੜਾ 3 ਦਸੰਬਰ ਨੂੰ ਆਪਾਂ ਇਕੱਠ ਕਰਨ ਜਾ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਕੀ ਕਰਨਗੇ, ਪਰ ਫਿਲਹਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹਾਲਾਤ ਬਣੀ ਜਾਂਦੇ ਨੇ ਪੰਜਾਬ ਦੇ, ਇਹ ਕਿਉਂ ਬਣੀ ਜਾਂਦੇ? ਚਲ ਧੰਨਵਾਦ ਕਰਦਾ ਮੇਰੇ ਪਿੰਡ ਦਾ, ਮੈਂ ਸਾਰਾ ਮੇਰਾ ਨਗਰ ਖੜਾ ਮਾੜਾ ਜਿਹਾ ਵੀ ਇੱਥੇ ਮੈਂ ਜਦੋਂ ਵੀ ਲਾਈਵ ਹੋਇਆ ਤੇ ਨਾਲ ਹੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਪਿੰਡ ਵਾਲਿਆਂ ਨੂੰ, ਉੱਥੋਂ ਵੀ ਆ ਗਏ ਕੁਛ ਆਸੇ ਪਾਸੋਂ ਵੀ ਮੁੰਡੇ ਚੱਲ ਕੇ ਪਿੰਡਾਂ ਚੋਂ ਆ ਗਏ ਆ। ਜੇ ਅਸੀਂ ਐ ਨਾ ਇਕੱਠੇ ਹੋਏ ਤਾਂ ਇਕੱਲੇ ਇਕੱਲੇ ਨੂੰ ਜਦੋਂ ਮਰਜ਼ੀ ਫੜ ਕੇ ਦੱਬ ਦੇਣਗੇ ਬਾਈ, ਇਹਨਾਂ ਨੇ ਸਾਡੀ ਆਵਾਜ਼ ਨਹੀਂ ਉੱਚੀ ਹੋਣ ਦੇਣੀ, ਇਹ ਧੱਕੇਸ਼ਾਹੀ ਐਂ ਚੱਲਦੀ ਰਹਿਣੀ ਆ। ਸੋ ਮੇਰੀ ਅਪੀਲ ਆ ਤੁਹਾਨੂੰ ਸਮੁੱਚੇ ਪੰਜਾਬੀਆਂ ਨੂੰ ਕਿ ਇਹਨਾਂ ਨੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦੱਬਣਾ, ਆਵਾਜ਼ ਦੱਬਣੀ ਆ। ਜਿਹੜੇ ਬੰਦੇ ਤੁਹਾਡੀ ਖਾਤਰ ਗੱਲ ਕਰਦੇ ਆ, ਹੱਕ ਦੀ ਸੰਘਰਸ਼ ਦੀ ਗੱਲ ਕਰਦੇ ਆ, ਤੁਹਾਨੂੰ ਇਕੱਠੇ ਕਰਦੇ ਆ, ਉਹਨਾਂ ਨੂੰ ਵੀ ਇਹਨਾਂ ਨੇ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਆਵਾਜ਼ ਜਿਹੜੀ ਉਹ ਦੱਬ। ਹਾਂਜੀ ਹਾਂ ਬਾਈ ਜੀ, ਕੀ ਹਾਲ ਆ? ਚੱਕਰ ਕੀ ਪੈ ਗਿਆ ਬਾਈ? ਸਰਕਾਰਾਂ ਦਾ ਆਪਾਂ ਬਹੁਤ ਦੇਖਿਆ, ਪਰ ਇੰਨੀ ਮਾੜੀ ਸਰਕਾਰ, ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ, ਜੇਲ੍ਹਾਂ